ਹੈਲੋ एवरीवन ਸਸਿਕਾਲ ਸਾਰਿਆਂ ਨੂੰ ਗਿਲਸਮੈਂਟ ਔਰ ਦੇ ਈ-ਲਰਨਿੰਗ YouTube ਚੈਨਲ ਤੇ ਮੈਂ ਜੋਤੀ ਮਲਹੋਤਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਹੋਪਸ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਵਧੀਆ-ਵਧੀਆ ਪੜ ਵੀ ਰਹੇ ਹੋਵੋਗੇ ਤੇ ਜੇ ਤੁਸੀਂ ਹਲੇ ਤੱਕ ਪੜਨਾ ਨਹੀਂ ਸ਼ੁਰੂ ਕੀਤਾ ਤਾਂ ਤੁਸੀਂ ਬਹੁਤ ਹੀ ਗਲਤ ਜਾ ਰਹੇ ਹੋ ਮੈਂ ਤੁਹਾਨੂੰ ਹੁਣ ਵੀ ਇਹੀ ਵਾਰਨਿੰਗ ਦੇਣਾ ਚਾਹੂੰਗੀ ਕਿ ਇਹ ਤੁਹਾਡੇ ਕੋਲ ਟਾਈਮ ਹੈਗਾ ਹੈ ਪੜ ਲਓ ਅਗਰ ਹਣੇ ਤੱਕ ਪੜ੍ਹਨਾ ਸ਼ੁਰੂ ਨਹੀਂ ਕੀਤਾ ਤਾਂ ਹੁਣ ਵੀ ਤੁਹਾਡੇ ਕੋਲ ਟਾਈਮ ਹੈ ਤੁਸੀਂ ਪੜ੍ਹ ਲਓ ਤੇ ਪੜ੍ਹ ਕੇ ਇਸ ਓਪਰਚੁਨਿਟੀ ਨੂੰ ਤੁਸੀਂ ਗ੍ਰੈਪ ਕਰ ਸਕਦੇ ਹੋ ਤੇ ਅਗਰ ਤੁਸੀਂ ਕ੍ਰੈਸ਼ ਕੋਰਸ ਜਿਹੜਾ ਹੈਗਾ ਉਹ ਜਿਹੜਾ ਸਪੈਸ਼ਲ ਕੋਰਸ ਚੱਲ ਰਿਹਾ ਹੈ ਐਪਲੀਕੇਸ਼ਨ ਤੇ ਅਗਰ ਤੁਸੀਂ ਉਹ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਗਿਲਸ ਮੈਂਟਰ ਦੀ ਐਪਲੀਕੇਸ਼ਨ ਤੇ ਜਾ ਕੇ ਬਾਈ ਕਰ ਸਕਦੇ ਹੋ ਐਂਟੀਟੀ ਦਾ ਸਪੈਸ਼ਲ ਕੋਰਸ ਚੱਲ ਰਿਹਾ ਹੈ ਤੇ ਉਹਦੇ ਲਈ ਤੁਸੀਂ ਮੇਰਾ ਕੋਡ ਜੋਤੀ10 ਯੂਜ਼ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਐਡੀਸ਼ਨਲ ਡਿਸਕਾਊਂਟ ਵੀ ਮਿਲ ਸਕਦਾ ਹੈ ਸੋ ਹੁਣ ਆਪਾਂ ਲੈਕਚਰ ਦੀ ਸ਼ੁਰੂਆਤ ਕਰਾਂਗੇ ਬਟ ਮੈਂ ਲੈਕਚਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗੀ ਕਿ ਅਗਰ ਤੁਸੀਂ ਹਲੇ ਤੱਕ ਗੇਲਸਮੈਨ ਟੌਰ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੈਨ ਫਰਸਟ ਆਫ ਆਲ ਗੋ देयर ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਦਾ ਫਾਇਦਾ ਹੋ ਸਕੇ ਤੋ ਚਲੋ ਫਿਰ ਆਪਾਂ ਸਟਾਰਟ ਕਰਦੇ ਹਾਂ ਅੱਜ ਦੇ ਕੁਐਸਚਨਸ ਸਾਡਾ ਪਹਿਲਾ ਕੁਐਸਚਨ ਹੈ ਇਹਨਾਂ ਵਿੱਚੋਂ ਕਿਹੜਾ ਪਦਾਰਥ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੈ ਇਹਨਾਂ ਵਿੱਚੋਂ ਕਿਹੜਾ ਪਦਾਰਥ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੈ ਐਲਕੋਹਲ ਸੋਡੀਅਮ ਕਲੋਰਾਈਡ ਨਾਰੀਅਲ ਦਾ ਤੇਲ ਚਿੰਨੀ ਐਲਕੋਹਲ ਸੋਡੀਅਮ ਕਲੋਰਾਈਡ ਨਾਰੀਅਲ ਦਾ ਤੇਲ ਚਿੰਨੀ ਦੇਖੋ ਐਲਕੋਹਲ ਸ਼ਰਾਬ ਨੂੰ ਕਹਿੰਦੇ ਆਪਾਂ ਇਹ ਹੀ ਪਾਣੀ ਵਿੱਚ ਕੁਲਨਸ਼ੀਲ ਹੈ ਬਿਲਕੁਲ ਕੁਲਨਸ਼ੀਲ ਹੈ ਸੋਡੀਅਮ ਕਲੋਰਾਈਡ ਸੋਡੀਅਮ ਕਲੋਰਾਈਡ ਕਿਹਨੂੰ ਕਹਿੰਦੇ ਆ ਅਸੀਂ ਸਾਲਟ ਨੂੰ ਨਮਕ ਨੂੰ ਜਿਹੜਾ ਅਸੀਂ ਆਪਣੇ ਘਰ ਦੇ ਵਿੱਚ ਆਮ ਯੂਜ਼ ਕਰਦੇ ਆ ਸੋਡੀਅਮ ਕਲੋਰਾਈਡ ਮਤਲਬ ਨਮਕ ਨਮਕ ਨੂੰ ਅਸੀਂ ਪਾਣੀ ਵਿੱਚ ਈਜ਼ਲੀ ਘੋਲ ਲੈਂਦੇ ਆ ਚਿੰਨੀ ਨੂੰ ਵੀ ਅਸੀਂ ਪਾਣੀ ਵਿੱਚ ਈਜ਼ਲੀ ਕੋਲ ਲੈਂਦੇ ਆ ਬਟ ਜਿਹੜਾ ਨਾਰੀਅਲ ਦਾ ਤੇਲ ਹੋਊਗਾ ਉਹ ਕਦੇ ਵੀ ਪਾਣੀ ਵਿੱਚ ਨਹੀਂ ਘੁਲੂਗਾ ਕਿਉਂਕਿ ਇਹ ਜ਼ਿਆਦਾ ਸੰਘਣਾ ਹੁੰਦਾ ਹੈ ਪਾਣੀ ਨਾਲੋਂ ਇਹਦੀ ਡੈਂਸਿਟੀ ਪਾਣੀ ਨਾਲੋਂ ਜ਼ਿਆਦਾ ਹੁੰਦੀ ਆ ਤਾਂ ਜਦੋਂ ਇਹਨੂੰ ਅਸੀਂ ਪਾਣੀ ਦੇ ਵਿੱਚ ਪਾਵਾਂਗੇ ਤਾਂ ਇਹ ਪਾਣੀ ਦੇ ਉੱਪਰ ਉੱਪਰ ਹੀ ਰਹੂਗਾ ਪਾਣੀ ਦੇ ਨਾਲ ਜਿਹੜਾ ਹੈਗਾ ਇਹ ਘੁਲੂਗਾ ਨਹੀਂ ਸੋ ਇਸ ਕੁਐਸਚਨ ਦਾ ਕਰੈਕਟ ਆਨਸਰ ਹੈਗਾ ਨਾਰੀਅਲ ਦਾ ਤੇਲ ਨੈਕਸਟ ਕੁਐਸਚਨ ਹੈ ਤ੍ਰੂਟੀ ਰੋਗਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤ੍ਰੂਟੀ ਰੋਗਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਰੂਟੀ ਰੋਗ ਮਤਲਬ ਹੁੰਦਾ ਇੰਗਲਿਸ਼ ਕੀ ਬੋਲਦੇ ਆਸੀ ਇਹਨੂੰ ਡੈਫਿਸ਼ੈਂਸੀ ਡਿਸੀਜ਼ ਡੈਫਿਸ਼ੈਂਸੀ ਡਿਸੀਜ਼ ਮਤਲਬ ਜਿਹੜੀਆਂ ਬਿਮਾਰੀਆਂ ਕਿਸੇ ਚੀਜ਼ ਦੀ ਘਾਟ ਕਾਰਨ ਹੁੰਦੀਆਂ ਨੇ ਜਿਹੜੀਆਂ ਬਿਮਾਰੀਆਂ ਕਿਸੇ ਚੀਜ਼ ਦੀ ਘਾਟ ਕਾਰਨ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਬੋਲਦੇ ਆ ਡੈਫਿਸ਼ੈਂਸੀ ਡਿਸੀਜ਼ ਤਾਂ ਡੈਫਿਸ਼ੈਂਸੀ ਡਿਸੀਜ਼ ਘਾਟ ਕਾਰਨ ਹੁੰਦੀਆਂ ਨੇ ਤਾਂ ਅਗਰ ਅਸੀਂ ਜਿਹੜਾ ਸਾਡਾ ਫੂਡ ਹੈ ਉਹਦੇ ਵਿੱਚ ਸਾਰੇ ਨਿਊਟ੍ਰੀਐਂਟਸ ਸਾਰੇ ਨਿਊਟ੍ਰੀਐਂਟਸ ਪ੍ਰੈਜ਼ెంట్ ਹੋਣਗੇ ਤਾਂ ਸਾਨੂੰ ਡੈਫੀਸ਼ੈਂਸੀਅਲ ਡਿਸੀਜ਼ ਨਹੀਂ ਹੋਊਗੀ ਤਾਂ ਇਟ ਮੀਨਸ ਇਸ ਇ ਥਰੂਟੀ ਰੋਗਾਂ ਤੋਂ ਕਿਵੇਂ ਬਚ ਸਕਦੇ ਆ ਸੰਤੁਲਿਤ ਭੋਜਨ ਖਾ ਕੇ ਸੰਤੁਲਿਤ ਭੋਜਨ ਖਾ ਕੇ ਅਸੀਂ ਡੈਫੀਸ਼ੈਂਸੀਅਲ ਡਿਸੀਜ਼ ਤੋਂ ਬਚ ਸਕਦੇ ਆ ਨੈਕਸਟ ਕੁਐਸਚਨ ਇਨਾਂ ਵਿੱਚੋਂ ਕਿਹੜਾ ਕਿਹੜੇ ਪਦਾਰਥ ਵਿੱਚ ਕਾਰਬੋਹਾਈਡਰੇਟ ਪਾਏ ਜਾਂਦੇ ਨੇ ਕਿਹੜਾ ਪਦਾਰਥ ਹੈ ਜਿਹਦੇ ਵਿੱਚ ਕਾਰਬੋਹਾਈਡਰੇਟ ਪਾਏ ਜਾਂਦੇ ਨੇ ਫਸਟ ਹੈ ਚਾਵਲ ਸੈਕਿੰਡ ਗੋਭੀ ਦਾਲਾਂ ਜਾਂ ਫਿਰ ਮਾਸ ਕਿਹੜੇ ਇਹ ਜੇ ਪਦਾਰਥ ਨੇ ਜਿਨ੍ਹਾਂ ਦੇ ਵਿੱਚ ਕਾਰਬੋਹਾਈਡਰੇਟਸ ਪਾਏ ਜਾਂਦੇ ਨੇ ਸੋ ਫਰਸਟ ਆਪਸ਼ਨ ਹੈਗੀ ਹੈ ਦਾ ਚਾਵਲ ਗੋਭੀ ਦਾਲਾਂ ਜਾਂ ਫਿਰ ਮਾਸ ਤਾਂ ਪੈ ਦੱਸਨੇ ਕਾਰਬੋਹਾਈਡਰੇਟਸ ਕਿਸ ਚ ਪਾਏ ਜਾਂਦੇ ਨੇ ਤਾਂ ਚਾਵਲਾਂ ਦੇ ਵਿੱਚ ਕਾਰਬੋਹਾਈਡਰੇਟਸ ਪਾਏ ਜਾਂਦੇ ਨੇ ਰਾਈਸ ਦੇ ਅੰਦਰ ਕਾਰਬੋਹਾਈਡਰੇਟਸ ਪਾਏ ਜਾਂਦੇ ਨੇ ਤੇ ਕਾਰਬੋਹਾਈਡਰੇਟਸ ਹੁੰਦੇ ਕੀ ਨੇ ਇਹ એનર્ਜੀ ਗਿਵਿੰਗ ਫੂਡ ਹੁੰਦੇ ਨੇ ਇਹ ਸਾਡੇ ਬੋਡੀ ਨੂੰ ਊਰਜਾ ਪ੍ਰਦਾਨ ਕਰਦੇ ਨੇ ਕਾਰਬੋਹਾਈਡਰੇਟਸ ਸੋ ਜੇ ਆਪਾਂ ਨੂੰ એનર્ਜੀ ਚਾਹੀਦੀ ਹੈ ਅਸੀਂ ਬਹੁਤ ਲੋ ਫੀਲ ਕਰ ਰਹੇ ਹਾਂ ਤਾਂ ਅਸੀਂ ਕੋਈ ਵੀ એનર્ਜੀ ਵਾਲੀ ਡਾਈਟ ਆ ਉਹ ਲੈ ਸਕਦੇ ਹਾਂ ਠੀਕ ਹੈ ਅਸੀਂ ਕਾਰਬੋਹਾਈਡਰੇਟਸ ਖਾ ਸਕਦੇ ਹਾਂ ਲਾਈਕ ਜਿਵੇਂ ਚਾਵਲ ਹੋਗੇ ਠੀਕ ਹੈ ਉਸ ਤੋਂ ਇਲਾਵਾ ਵੀਟ ਵੀਟ ਦੇ ਅੰਦਰ ਵੀ ਕੀ ਹੁੰਦੇ ਨੇ ਵੀਟ ਦੇ ਅੰਦਰ ਵੀ ਕਾਰਬੋਹਾਈਡਰੇਟਸ ਹੁੰਦੇ ਨੇ ਮੋਸਟਲੀ ਮਿੱਠੀਆਂ ਚੀਜ਼ਾਂ ਦੇ ਅੰਦਰ ਵੀ ਕੀ ਹੁੰਦੇ ਨੇ ਕਾਰਬੋਹਾਈਡਰੇਟਸ ਪਾਏ ਜਾਂਦੇ ਨੇ ਨੈਕਸਟ ਕੁਐਸਚਨ ਇਨ ਇਹ ਵਿੱਚੋਂ ਕਿਹੜਾ ਰੇਸ਼ਾ ਕੁਦਰਤੀ ਰੇਸ਼ਾ ਹੈ ਆਪਾਂ ਕੀ ਦੱਸਣਾ ਕਿਹੜਾ ਰੇਸ਼ਾ ਕੁਦਰਤੀ ਰੇਸ਼ਾ ਹੈ ਕੁਦਰਤੀ ਰੇਸ਼ਾ ਮਤਲਬ ਨੇਚਰਲ ਫਾਈਬਰ ਆਪਾਂ ਦੱਸਣਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਰੇਸ਼ਾ ਹੈ ਜਿਹੜਾ ਨੇਚਰਲ ਫਾਈਬਰ ਹੈ ਮਤਲਬ ਸਾਨੂੰ ਕੁਦਰਤ ਤੋਂ ਮਿਲਦਾ ਹੈ ਪਹਿਲਾ ਹੈ ਕਿ ਸਿਲਕ ਰਿਯਾਨ ਨਾਈਲੋਨ ਜਾਂ ਫਿਰ ਸਾਰੇ ਦੇਖੋ ਰਿਯਾਨ ਰਿਯਾਨ ਜਿਹੜਾ ਹੈਗਾ ਇਹ ਇੱਕ ਆਰਟੀਫੀਸ਼ੀਅਲ ਫਾਈਬਰ ਹੈ ਇਹ ਸਾਨੂੰ ਮਿਲਦਾ ਤਾਂ वुਡ ਪલ્પ ਤੋਂ ਹੈ ਬਟ ਇਹਨੂੰ ਆਰਟੀਫੀਸ਼ੀਅਲ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਸੋ ਇਹ ਕੁਦਰਤੀ ਰੇਸ਼ਾ ਨਹੀਂ ਹੈ ਨੈਕਸਟ ਨਾਈਲੋਨ ਵੀ ਇੱਕ ਕੁਦਰਤੀ ਰੇਸ਼ਾ ਨਹੀਂ ਹੈ ਸੋ ਇਕੋ ਹੀ ਆਪਸ਼ਨ ਬਚ ਗਈ ਸਿਲਕ ਸਿਲਕ ਇੱਕ ਕੁਦਰਤੀ ਰੇਸ਼ਾ ਹੈ ਜਿਹੜੀ ਕਿ ਸਾਨੂੰ ਜਿਹੜਾ ਸਿਲਕ ਵਾਰਮ ਹੁੰਦਾ ਹੈ ਰੇਸ਼ਮ ਦਾ ਕੀੜਾ ਜਿਹਨੂੰ ਅਸੀਂ ਕਹਿੰਦੇ ਆ ਉਸ ਤੋਂ ਪ੍ਰਾਪਤ ਹੁੰਦਾ ਹੈ ਸਿਲਕ ਵਾਰਮ ਤੋਂ ਨੈਕਸਟ ਕੁਐਸਚਨ ਰੂਮ ਵਿੱਚੋਂ ਬੀਜਾਂ ਨੂੰ ਅੱਡ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਆ ਠੀਕ ਹੈ ਜਦੋਂ ਆਪਾਂ ਰੂਹ ਹੈ ਰੂਹ ਦੇ ਵਿੱਚ ਜਿਹੜੇ ਬੀਜ ਹੁੰਦੇ ਨੇ ਉਹਨਾਂ ਨੂੰ ਅੱਡ ਕਰਦੇ ਆ ਉਸ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਉਸ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ ਕਪਾਹ ਵੇਲਣਾ ਕੀ ਕਿਹਾ ਜਾਂਦਾ ਹੈ ਕਪਾਹ ਵੇਲਣਾ ਨੈਕਸਟ ਕੁਐਸਚਨ ਹੈਗਾ ਪਟਸੰਦਾਂ ਰੇਸ਼ਾ ਪਟਸੰਦ ਦੇ ਪੌਦੇ ਦੇ ਕਿਸ ਭਾਗ ਤੋਂ ਵੱਖ ਕੀਤਾ ਜਾਂਦਾ ਹੈ ਪਟਸੰਦਾਂ ਦਾ ਪੌਦਾ ਪਟਸੰਦ ਦੇ ਕਿਸ ਭਾਗ ਤੋਂ ਆਪਾਂ ਇਹ ਦੱਸਣਾ ਕਿ ਜਿਹੜਾ ਪਟਸੰਦਾਂ ਰੇਸ਼ਾ ਹੁੰਦਾ ਹੈ ਉਹ ਪਟਸੰਦ ਦੇ ਪੌਦੇ ਦੇ ਕਿਸ ਭਾਗ ਤੋਂ ਮਿਲਦਾ ਸਾਨੂੰ ਜੜ ਤੋਂ ਬੀਜਾਂ ਤੋਂ ਪੱਤਿਆਂ ਤੋਂ ਤਣੇ ਤੋਂ ਠੀਕ ਹੈ ਪਟਸਨ ਕੀ ਹੁੰਦਾ ਠੀਕ ਹੈ ਪਟਸਨ ਜਿਹੜਾ ਹੁੰਦਾ ਉਹਨੂੰ ਜੂਟ ਕਹਿੰਦੇ ਆ ਠੀਕ ਹੈ ਤਾਂ ਜਿਹੜਾ ਪਟਸਨ ਹੁੰਦਾ ਇਹ ਸਾਨੂੰ ਪਟਸਨ ਦੇ ਕਿਸ ਪੌਦੇ ਦੇ ਕਿਸ ਭਾਗ ਤੋਂ ਮਿਲਦਾ ਹੈ ਤਾਂ ਪਟਸਨ ਸਾਨੂੰ ਮਿਲਦਾ ਹੈ ਪਟਸਨ ਜਿਹੜਾ ਸਾਨੂੰ ਮਿਲਦਾ ਉਹ ਮਿਲਦਾ ਤਣੇ ਤੋਂ ਸਟੈਮ ਜਿਹਨੂੰ ਅਸੀਂ ਇੰਗਲਿਸ਼ 'ਚ ਸਟੈਮ ਬੋਲਦੇ ਆ ਸਟੈਮ ਤੋਂ ਮਿਲਦਾ ਸਾਨੂੰ ਇਹਦੀ ਵਰਤੋਂ ਬੋਰੀਆਂ ਵਗੈਰਾ ਬਣਾਉਣ ਲਈ ਆਪਾਂ ਬਹੁਤ ਯੂਜ਼ ਕਰਦੇ ਆ ਤੇ ਮੋਸਟਲੀ ਸਾਨੂੰ ਉੱਧਰ ਮਿਲਦਾ ਵੈਸਟ ਬੰਗਾਲ ਵਾਲੀ ਸਾਈਡ ਮਿਲਦਾ ਵੈਸਟ ਮੇਂਗਾਲ ਵਾਲੀ ਸਾਈਡ ਮੋਸਟਲੀ ਪਟਸਨ ਪਾਈ ਜਾਂਦੀ ਹੈ। ਨੈਕਸਟ ਕੁਐਸਚਨ ਕਪੜਾ ਧਾਗੇ ਦੇ ਕਿੰਨੇ ਸੈਟਾਂ ਨੂੰ ਮਿਲਾਉਣ ਨਾਲ ਬਣਦਾ ਹੈ? ਕਪੜਾ ਧਾਗੇ ਦੇ ਕਿੰਨੇ ਸੈਟਾਂ ਨੂੰ ਮਿਲਾਉਣ ਨਾਲ ਬਣਦਾ ਹੈ? ਇੱਥੇ ਮਿਲਾਉਣ ਆਊਗਾ। ਮਿਲਾਉਣ ਨਾਲ ਬਣਦਾ ਹੈ। ਤਾਂ ਇਹਦਾ ਆਨਸਰ ਆਊਗਾ 2। ਕਪੜਾ ਧਾਗੇ ਦੇ 2 ਸੈਟਾਂ ਨੂੰ ਮਿਲਾਉਣ ਨਾਲ ਬਣਦਾ ਹੈ। ਇਹਨੂੰ ਇਹਨਾਂ ਵਿੱਚੋਂ ਕਿਹੜਾ ਰੇਸ਼ਾ ਪੌਦੇ ਤੋਂ ਮਿਲਦਾ ਹੈ? ਕਿਹੜਾ ਰੇਸ਼ਾ ਪੌਦੇ ਤੋਂ ਮਿਲਦਾ ਹੈ? ਉਨ ਸਿਲਕ ਰੂ ਨਾਈਲੋਨ ਦੇਖੋ ਉਹਨੂੰ ਉਹਨਾਂ ਨੂੰ ਪਤਾ ਕਿ ਸਾਨੂੰ ਪੇਡਾਂ ਤੋਂ ਮਿਲਦੀ ਹੈ ਸ਼ੀਪ ਤੋਂ ਮਿਲਦੀ ਆ ਸਿਲਕ ਵੀ ਸਾਨੂੰ ਸਿਲਕ ਵਾਮ ਤੋਂ ਮਿਲਦਾ ਹੈ ਜਿਹੜਾ ਕਿ ਇੱਕ ਜਾਨਵਰ ਹੈ ਇੱਕ ਇਨਸੈਕਟ ਹੈ ਇੱਕ ਕੀੜਾ ਹੈ ਠੀਕ ਹੈ ਨਾਈਲੋਨ ਦਾ ਆਰਟੀਫੀਸ਼ੀਅਲੀ ਹੈ ਮਤਲਬ ਇਹ ਆਰਟੀਫੀਸ਼ੀਅਲ ਤਰੀਕੇ ਨਾਲ ਬਣਦਾ ਹੈ ਤਾਂ ਸਿਰਫ ਰੂ ਹੀ ਹੈ ਇੱਕ ਇਹ ਜਾਂ ਰੇਸ਼ਾ ਜਿਹੜਾ ਸਾਨੂੰ ਕਿਸੇ ਪੌਦੇ ਤੋਂ ਮਿਲਦਾ ਹੈ ਕਪਾਹ ਦੇ ਪੌਦੇ ਤੋਂ ਮਿਲਦਾ ਹੈ ਨੈਕਸਟ ਇਨਾ ਵਿੱਚੋਂ ਕਿਹੜਾ ਪਦਾਰਥ ਅਪਾਰਦਰਸ਼ੀ ਹੈ ਅਪਾਰਦਰਸ਼ੀ ਮਤਲਬ ਜਿਹਦੇ ਵਿੱਚੋਂ ਜਿਹੜੀ ਪ੍ਰਕਾਸ਼ ਜਿਹੜਾ ਹੈਗਾ ਨਹੀਂ ਲੰਘ ਸਕਦਾ ਜਿਹਦੇ ਚੋਂ ਅਸੀਂ ਆਰ ਪਾਰ ਨਹੀਂ ਦੇਖ ਸਕਦੇ ਉਹਨੂੰ ਅਸੀਂ ਬੋਲਦੇ ਆਂ ਅਪਾਰਦਰਸ਼ੀ ਜਿਸ ਦੇ ਵਿੱਚੋਂ ਆਰ ਪਾਰ ਨਹੀਂ ਦੇਖਿਆ ਜਾ ਸਕਦਾ ਉਸਨੂੰ ਅਪਾਰਦਰਸ਼ੀ ਬੋਲਿਆ ਜਾਂਦਾ ਹੈ ਔਰ ਇੰਗਲਿਸ਼ 'ਚ ਬੋਲਦੇ ਆਂ ਉਪੇਕ ਉਪੇਕ ਬੋਲਿਆ ਜਾਂਦਾ ਹੈ ਜਿਸ ਦੇ ਵਿੱਚੋਂ ਆਰ ਪਾਰ ਨਹੀਂ ਦੇਖਿਆ ਜਾ ਸਕਦਾ ਚਾਰਕੁਲ ਹਵਾ ਕੱਚ ਪਾਣੀ ਪਾਣੀ ਚ ਵੀ ਦੇਖਿਆ ਜਾ ਸਕਦਾ ਹੈ ਕੱਚ ਚ ਵੀ ਦੇਖਿਆ ਜਾ ਸਕਦਾ ਹੈ ਹਵਾ ਚ ਵੀ ਦੇਖਿਆ ਜਾ ਸਕਦਾ ਹੈ ਬਟ ਚਾਰਕੋਲ ਦੇ ਵਿੱਚੋਂ ਆਰਪਾਰ ਨਹੀਂ ਦੇਖਿਆ ਜਾ ਸਕਦਾ ਤਾਂ ਇਸ ਕੁਐਸਚਨ ਦਾ ਕਰੈਕਟ ਆਨਸਰ ਕੀ ਹੋਊਗਾ ਚਾਰਕੋਲ ਇਸ ਕੁਐਸਚਨ ਦਾ ਕਰੈਕਟ ਆਨਸਰ ਹੋਊਗਾ ਨੈਕਸਟ ਕੁਐਸਚਨ ਆ ਗਿਆ ਸਾਡਾ ਸਰੋਂ ਦੇ ਪੌਦੇ ਦੇ ਕਿਹੜਾ ਭਾਗ ਖਾਣਯੋਗ ਹੁੰਦਾ ਹੈ ਸਰੋਂ ਦੇ ਪੌਦੇ ਦਾ ਕਿਹੜਾ ਭਾਗ ਖਾਣਯੋਗ ਹੁੰਦਾ ਹੈ ਤਾਂ ਦੇਖੋ ਆਪਾਂ ਸਰੋਂ ਤੋਂ ਸਰੋਂ ਦਾ ਤੇਲ ਬਣਾਉਂਦੇ ਆ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਤਾਂ ਫੇਮਸ ਆ ਸਰੋਂ ਦਾ ਸਾਗ ਤਾਂ ਜਿਹੜਾ ਪਸਰੋਂ ਦਾ ਜਿਹੜਾ ਤੇਲ ਮੰਦਾ ਹੈ ਉਹ ਤਾਂ ਸਰੋਂ ਦੇ ਬੀਜਾਂ ਤੋਂ ਮੰਦਾ ਹੈ ਤੇ ਸਰੋਂ ਦਾ ਸਾਗ ਦੇ ਵੀ ਤੁਸੀਂ ਦੇਖਿਆ ਹੋਣਾ ਕਿ ਅਸੀਂ ਉਹਦੇ ਪੱਤਿਆਂ ਨੂੰ ਖਾਂਦੇ ਹਾਂ ਤਾਂ ਸਰੋਂ ਦਾ ਜਿਹੜਾ ਪੌਦਾ ਹੈ ਉਹਦਾ ਕਿਹੜਾ ਭਾਗ ਅਸੀਂ ਖਾਂਦੇ ਹਾਂ ਉਹਦੇ ਬੀਜ ਤੇ ਪੱਤੇ ਦੋਨੋਂ ਅਸੀਂ ਯੂਜ਼ ਕਰਦੇ ਹਾਂ ਨੈਕਸਟ ਮਧੂ ਮਕੀਆ ਹਮੇਸ਼ਾ ਫੁੱਲਾਂ ਉੱਤੇ ਕਿਉਂ ਬੈਠਦੀਆਂ ਹਨ ਜਿਹੜੀਆਂ ਹਨੀ ਬੀਜ਼ ਹੁੰਦੀਆਂ ਨੇ ਉਹ ਹਮੇਸ਼ਾ ਫਲਾਅਰਸ ਦੇ ਉੱਤੇ ਕਿਉਂ ਬੈਠਦੀਆਂ ਨੇ ਕਿਉਂਕਿ ਉਹਨਾਂ ਨੂੰ ਫੁੱਲ ਪਸੰਦ ਨੇ ਬਿਲਕੁਲ ਗਲਤ ਫੁੱਲਾਂ ਉੱਤੇ ਆ ਕੇ ਉਹ ਆਪਣੇ ਐਗਸ ਦਿੰਦੀਆਂ ਨੇ ਇਹ ਵੀ ਬਿਲਕੁਲ ਗਲਤ ਉਹ ਫੁੱਲਾਂ ਤੋਂ ਫੁੱਲਾਂ ਦਾ ਰਸ ਇਕੱਠਾ ਕਰਦੀਆਂ ਨੇ ਬਿਲਕੁਲ ਸਹੀ ਯੈਸ ਬਿਲਕੁਲ ਸਹੀ ਹੈ ਇਹ ਉਹ ਫੁੱਲਾਂ ਤੋਂ ਫੁੱਲਾਂ ਦਾ ਰਸ ਇਕੱਠਾ ਕਰਦੀਆਂ ਨੇ ਕਿਉਂਕਿ ਉਹ ਰਸ ਦੀ ਹੈਲਪ ਨਾਲ ਫਿਰ ਉਹ ਕੀ ਬਣਾਉਂਦੀਆਂ ਨੇ ਹਨੀ ਬਣਾਉਂਦੀਆਂ ਨੇ ਕੀ ਬਣਾਉਂਦੀਆਂ ਨੇ ਹਨੀ ਬਣਾਉਂਦੀਆਂ ਨੇ ਸ਼ਹਿਦ ਬਣਾਉਂਦੀਆਂ ਨੇ ਨੈਕਸਟ ਕੁਐਸਚਨ ਇਨਾਂ ਵਿੱਚੋਂ ਕਿਹੜੇ ਸਿਰਫ ਸ਼ਾਕਾਹਾਰੀ ਹਨ ਸ਼ਾਕਾਹਾਰੀ ਕੀ ਹੁੰਦੇ ਨੇ ਸ਼ਾਕਾਹਰੀ ਹੁੰਦੇ ਨੇ ਜਿਹੜੇ ਸਿਰਫ ਕਾਹ ਫੂਸ ਖਾਂਦੇ ਨੇ ਜਿਹੜੇ ਕਿ ਹੋਰ ਜਿਹੜਾ ਕੁਝ ਵੀ ਮਾਸ ਮੱਛੀ ਵਗੈਰਾ ਨਹੀਂ ਖਾਂਦੇ ਤਾਂ ਉਹਨਾਂ ਨੂੰ ਕੀ ਕਹਿੰਦੇ ਆ ਸੀ ਸ਼ਾਕਾਹਾਰੀ ਪਹਿਲਾ ਹੈਗਾ অপਸ਼ਨ ਗਾਂ ਬੱਕਰੀ ਖਰਗੋਸ਼ ਹਿਰਨ ਨੈਕਸਟ ਗਾਂ ਬੱਕਰੀ ਖਰਗੋਸ਼ ਲੂੰਮੜੀ ਨੈਕਸਟ ਉਸ ਤੋਂ ਨੈਕਸਟ ਕੁਐਸਚਨ ਹੈ ਲੂੰਮੜੀ ਬੱਕਰੀ ਖਰਗੋਸ਼ ਹਿਰਨ ਗਾਂ ਕਾਂ ਊਠ ਖਰਗੋਸ਼ ਦੇਖੋ ਜਿਹੜਾ ਲਾਸਟ অপਸ਼ਨ ਹੈ ਇਹਦੇ ਵਿੱਚੋਂ ਕਾਂ ਕਾਇ ਕਿਹਜਾ ਜਾਨਵਰ ਜਿਹੜਾ ਮਰੀਆਂ ਹੋਈਆਂ ਚੀਜ਼ਾਂ ਨੂੰ ਵੀ ਖਾਂਦਾ ਠੀਕ ਹੈ ਨੈਕਸਟ ਇਹਦੇ ਵਿੱਚੋਂ ਲੂੰਮੜੀ ਮਰੀਆਂ ਹੋਈਆਂ ਚੀਜ਼ਾਂ ਨੂੰ ਖਾਂਦਾ ਹੈ ਮਤਲਬ ਮਾਸ ਨੂੰ ਖਾਂਦਾ ਹੈ ਸੋ ਇਹ ਵੀ ਗਲਤ ਇਹ ਵੀ ਗਲਤ ਗਾਂ ਬੱਕਰੀ ਖਰਗੋਸ਼ ਲੂੰਮੜੀ ਅਗੇਨ ਕੀ ਆ ਗਿਆ ਚ ਲੂੰਮੜੀ ਇਹ ਵੀ ਕੀ ਹੈ ਗਲਤ ਤਾਂ ਇੱਕੋ ਹੀ ਆਪਸ਼ਨ ਬਚ ਗਈ ਗਾਂ ਬੱਕਰੀ ਖਰਗੋਸ਼ ਹਿਰਨ ਕੀ ਨੇ ਸ਼ਾਕਾਹਾਰੀ ਨੇ ਜਿਹੜੇ ਕੀ ਸ਼ਾਕਾਹਾਰੀ ਭੋਜਨ ਖਾਂਦੇ ਨੇ ਗਿਲੈਰੀ ਇਹਨਾਂ ਵਿੱਚੋਂ ਕੀ ਨਹੀਂ ਖਾਂਦੀ ਗਿਲੈਰੀ ਇਹਨਾਂ ਵਿੱਚੋਂ ਕੀ ਨਹੀਂ ਖਾਂਦੀ ਫਲ ਛੋਟੇ ਕੀੜੇ ਮਕੌੜੇ ਅਨਾਜ ਸਾਰੇ ਹੀ ਆਪਾਂ ਇਹ ਦੱਸਣਾ ਹੈ ਕਿ ਇਹਦੇ ਵਿੱਚੋਂ ਕੀ ਨਹੀਂ ਖਾਂਦੀ ਤਾਂ ਜਿਹੜੀ ਗਲੇਰੀ ਹੁੰਦੀ ਆ ਉਹ ਕੀ ਨਹੀਂ ਖਾਂਦੀ ਉਹ ਆਪਾਂ ਦੱਸਣਾ ਸੋ ਫਸਟ ਹੈਗਾ ਫਲ ਸੈਕਿੰਡ ਹੈਗਾ ਕੀੜੇ ਮਕੌੜੇ ਇਸ ਕੁਐਸਚਨ ਚ ਮੈਨੂੰ ਥੋੜੀ ਜੀ ਪ੍ਰੋਬਲਮ ਲੱਗ ਰਹੀ ਹੈ ਇੱਥੇ ਕੀ ਨਹੀਂ ਖਾਂਦੀ ਨਹੀਂ ਆਊਗਾ ਇੱਥੇ ਆਊਗਾ ਗਲੇਰੀ ਇਹਨਾਂ ਵਿੱਚੋਂ ਕੀ ਖਾਂਦੀ ਹੈ ਆਪਾਂ ਦੱਸਣਾ ਹੈ ਗਲੇਰੀ ਇਹਨਾਂ ਵਿੱਚੋਂ ਕੀ ਖਾਂਦੀ ਹੈ ਤਾਂ ਕੁਝ ਕਿਸਮ ਦੀਆਂ ਗਲੈਰੀਜ਼ ਨੇ ਜਿਹੜੀਆਂ ਹੁੰਦੀਆਂ ਨੇ ਸਕੁਆਰਲਸ ਜਿਹੜੀਆਂ ਹੁੰਦੀਆਂ ਨੇ ਉਹ ਫਲ ਵੀ ਖਾਂਦੀਆਂ ਨੇ ਕੀੜੇ ਮਕੌੜੇ ਵੀ ਖਾਂਦੀਆਂ ਨੇ ਤੇ ਅਨਾਜ ਵੀ ਖਾਣਾ ਪਸੰਦ ਕਰਦੀਆਂ ਨੇ ਤਾਂ ਇਹਦਾ ਆਨਸਰ ਆਊਗਾ ਸਾਰੇ ਹੀ ਇਸ ਕੁਐਸਚਨ ਦਾ ਆਨਸਰ ਆਊਗਾ ਸਾਰੇ ਹੀ ਸੋ ਇਹ ਜਿਹੜਾ ਕੁਐਸਚਨ ਹੈ ਸਹੀ ਕਰ ਲਓ ਇੱਥੇ ਹੋਊਗਾ ਗਿਰੈਰੀ ਇਹਨਾਂ ਵਿੱਚੋਂ ਕੀ ਖਾਂਦੀ ਹੈ ਠੀਕ ਹੈ ਨਹੀਂ ਖਾਂਦੀ ਨਹੀਂ ਆਊਗਾ ਕੀ ਖਾਂਦੀ ਹੈ ਤਾਂ ਸਾਰਾ ਕੁਝ ਹੀ ਖਾਂਦੀ ਹੈ ਠੀਕ ਹੈ ਨੈਕਸਟ ਹੈ ਇਹਨਾਂ ਵਿੱਚੋਂ ਕਿਹੜੀ ਸਬਜ਼ੀ ਇੱਕ ਜੜ ਹੈ ਆਪਾਂ ਦੱਸਣਾ ਹੈ ਇਹਨਾਂ ਵਿੱਚੋਂ ਕਿਹੜੀ ਸਬਜੀ ਇੱਕ ਜੜ ਹੈ ਆਲੂ ਗਾਜਰ ਖੀਰਾ ਪਿਆਜ਼ ਤਾਂ ਇਹਦੇ ਵਿੱਚੋਂ ਕਿਹੜੀ ਸਬਜੀ ਹੈ ਜਿਹੜੀ ਇੱਕ ਜੜ ਹੈ ਤਾਂ ਉਹਦਾ ਆਨਸਰ ਆਜੂਗਾ ਗਾਜਰ ਗਾਜਰ ਜਿਹੜੀ ਆਪਾਂ ਖਾਂਦੇ ਹਾਂ ਉਹ ਇੱਕ ਤਰ੍ਹਾਂ ਦੀ ਜੜ ਹੁੰਦੀ ਹੈ ਇੱਕ ਤਰ੍ਹਾਂ ਦੀ ਰੂਟ ਹੁੰਦੀ ਹੈ ਨੈਕਸਟ ਲਾਸਟ ਕੁਐਸਚਨ ਆ ਗਿਆ ਸਾਡਾ ਵਿਟਾਮਿਨ ਬੀ ਦੀ ਘਾਟ ਨਾਲ ਹੋਣ ਵਾਲੇ ਰੋਗਾਂ ਨੂੰ ਕੀ ਕਹਿੰਦੇ ਆ ਵਿਟਾਮਿਨ ਬੀ ਦੀ ਘਾਟ ਨਾਲ ਹੋਣ ਵਾਲੇ ਰੋਗਾਂ ਨੂੰ ਕੀ ਕਿਹਾ ਜਾਂਦਾ ਫਰਸਟ ਆਪਸ਼ਨ ਹੈ ਗੈਸ ਸਕਰਵੀ ਸਕਰਵੀ ਕੀ ਹੈ ਕਿਦੇ ਨਾਲ ਹੁੰਦਾ ਸਕਰਵੀ ਇਹ ਹੁੰਦਾ ਵਿਟਾਮਿਨ ਸੀ ਦੀ ਘਾਟ ਨਾਲ ਨੈਕਸਟ ਹੈ ਅੰਧਰਾਤਾ ਅੰਧਰਾਤਾ ਕਿਹਦੇ ਨਾਲ ਹੁੰਦਾ ਹੈ ਇਹ ਹੁੰਦਾ ਵਿਟਾਮਿਨ ਏ ਦੀ ਘਾਟ ਨਾਲ 베ਰੀ 베ਰੀ ਹੁੰਦਾ ਵਿਟਾਮਿਨ ਬੀ ਦੀ ਘਾਟ ਨਾਲ ਤੇ ਅਨੀਮੀਆ ਹੁੰਦਾ ਆਇਰਨ ਦੀ ਘਾਟ ਨਾਲ ਲੋਹੇ ਦੀ ਘਾਟ ਨਾਲ ਠੀਕ ਹੈ ਸੋ ਵਿਟਾਮਿਨ ਬੀ ਦੀ ਘਾਟ ਨਾਲ ਕਿਹੜਾ ਰੋਗ ਹੁੰਦਾ 베ਰੀ 베ਰੀ ਹੁੰਦਾ ਸੋ ਇਸ ਕੁਐਸਚਨ ਦਾ ਕਰੈਕਟ ਆਨਸਰ ਹੋਊਗਾ 베ਰੀ 베ਰੀ ਸੋ ਇਹ ਸੀਗੇ 15 ਕੁਐਸਚਨਸ ਹੋਪਸ ਸੋ ਤੁਹਾਨੂੰ ਇਹ ਪਸੰਦ ਆਏ ਹੋਣਗੇ ਜੇ ਪਸੰਦ ਆਏ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਲੈਕਚਰ ਕਿਦਾਂ ਦਾ ਲੱਗਿਆ ਉਹ ਵੀ ਦੱਸਿਆ ਕਰੋ ਅਗਰ ਕਿਸੇ ਕੁਐਸਚਨ ਚ ਕੋਈ ਕਨਫਿਊਜ਼ਨ ਹੁੰਦੀ ਆ ਤਾਂ ਪਲੀਜ਼ ਉਹ ਵੀ ਕਲੀਅਰ ਕਰ ਲਿਆ ਕਰੋ ਸੋ ਥੈਂਕ ਯੂ ਵੈਰੀ ਮੱਚ ਗਾਇਜ਼